ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਅੰਕੁਸ਼। ਅੱਜ ਸਾਡੀ ਫਿਰ ਮੁਲਾਕਾਤ ਹੋਈ ਹੈ ਅਤੇ ਅੱਜ ਤੁਹਾਨੂੰ ਦੱਸਾਂਗੇ ਸਾਡਾ ਦੂਜਾ ਵਲੋਗ ਬਾਰੇ। ਵੱਧ ਤੋਂ ਵੱਧ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਸਾਡਾ ਦੂਜਾ ਬੰਦਾ ਨਹੀਂ ਤੁਹਾਨੂੰ ਲੱਭ ਰਿਹਾ, ਆ ਵੇਖੋ। ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਇਹ ਸਾਡਾ ਮੇਰਾ ਮੁੱਖ ਮਹਿਮਾਨ ਅੱਜ ਦਾ, ਵੇਖੋ ਛਾਲਾਂ ਪਾ ਪਾ ਕੇ ਮਿਲਦੇ ਕਿੰਨਾ, ਵੇਖੋ ਸਾਰੇ ਇੱਕਦਮ ਮੈਨੂੰ ਮਿਲਣ ਵਾਸਤੇ ਫਿਰ ਵੀ ਇਹਨੂੰ ਦੱਸਣਾ ਬੰਨਿਆ ਹੋਏ, ਇੰਨੀਆਂ ਲਾਡੀਆਂ ਕਰਦਾ ਪਿਆ ਮੇਰੇ ਮੁੰਡੇ ਤੇ ਬਹਿ ਗਏ। ਤੁਹਾਨੂੰ ਪਤਾ ਹੀ, ਆਪਾਂ ਆਪਣੇ ਭਰਾ ਮੰਦਰ ਮਿੱਤਰ ਨੂੰ ਮਿਲ ਆਏ ਹਾਂ। ਉਸ ਤੋਂ ਬਾਅਦ ਹੁਣ ਆਪਾਂ ਗੁਰਦਾਸਪੁਰ ਬੱਸ ਸਟੈਂਡ ਤੇ ਹਾਂ, ਅੰਮ੍ਰਿਤਸਰ ਜਾਣ ਦੀ ਤਿਆਰੀ ਕਰ ਰਹੇ ਹਾਂ। ਅੱਜ ਆਪਾਂ ਅੰਮ੍ਰਿਤਸਰ ਜਾ ਰਹੇ ਹਾਂ, ਇੱਥੇ ਘੁੰਮਾ ਫਿਰਾਂਗੇ। ਅੱਗੇ ਨਿਰਦੇਸ਼ ਤੁਹਾਨੂੰ ਦੱਸਣਗੇ ਕੀ ਕਰਨਾ ਹੁੰਦਾ। ਅੱਜ ਆਪਾਂ ਹਰਿਮੰਦਰ ਸਾਹਿਬ ਵੀ ਜਾਵਾਂਗੇ। ਪਹਿਲੇ ਤਾਂ ਸੱਚ ਆਪਣੀ ਆਪਾਂ ਕਲਾਸ ਲਵਾਉਣੀ, ਕਲਾਸ ਲਾਉਣੀ ਉੱਥੇ ਇੰਸਟੀਟਿਊਟ, ਅਤੇ ਫਿਰ ਸਾਡਾ ਆ ਗਈਆਂ ਤਿਆਰੀ। ਹਰਿਮੰਦਰ ਸਾਹਿਬ ਵੀ ਜਾਵਾਂਗੇ, ਤੁਹਾਨੂੰ ਖਾਵਾਂਗੇ, ਅਤੇ ਫਿਰ ਆਪਾਂ ਪੈਟੀ ਕੁਲਚਾ ਵੀ ਖਾਵਾਂਗੇ, ਉਹ ਵੀ ਤੁਹਾਨੂੰ ਖਾਵਾਂਗੇ। ਅਤੇ ਦੀਵਾ ਸਬਸਕ੍ਰਾਈਬ ਕਰ ਦੇਣਾ। ਇੰਸਟੀਟਿਊਟ ਤੋਂ ਹੁਣ ਛੁੱਟੀ ਹੋ ਚੁੱਕੀ ਹੈ, ਹੁਣ ਅਸੀਂ ਜਾ ਰਹੇ ਹਾਂ ਮਾਲ ਰੋਡ 'ਤੇ। ਇੱਦਾਂ ਹੀ ਬਣੇ ਰਹੋ ਸਾਡੇ ਨਾਲ ਲਾਈਨ। ਅਸੀਂ ਉੱਥੇ ਪਹੁੰਚ ਚੁੱਕੇ ਹਾਂ ਜਿੱਥੇ ਆਪਾਂ ਪਹੁੰਚਣਾ ਸੀ। ਹੁਣ ਤੁਸੀਂ ਵੇਖੋਗੇ ਆਪਾਂ ਜਾ ਰਹੇ ਹਾਂ ਮਸ਼ਹੂਰ ਇੱਥੇ ਪੈਟੀ ਕੁਲਚਿਆਂ ਦੀ ਦੁਕਾਨ, ਬੜੀ ਲੋਕਾਂ ਨੇ ਸੁਣਿਆ ਦਾ, ਤਾਂ ਉਹਦੇ ਵਾਸਤੇ ਆਪਾਂ ਜਾਵਾਂਗੇ, ਖਾਵਾਂਗੇ, ਉੱਥੇ ਦੱਸਾਂਗੇ ਤੁਹਾਨੂੰ ਕੀ ਚੀਜ਼ ਆ। ਬਹੁਤ ਹੀ ਵਧੀਆ ਬਣਿਆ ਹੋਊਗਾ, ਉੱਥੇ ਆਇਆ ਤੁਹਾਨੂੰ ਹੁਣ ਵੀ ਉਹ ਦੱਸਾਂ। ਭਾਈ ਤੁਹਾਡੇ ਇੱਥੇ ਕਿੰਨੇ ਰੁਪਏ ਦਾ ਮਿਲ ਜਾਂਦਾ ਇੱਥੇ ਪੈਟੀ ਕੁਲਚਾ? 70 ਰੁਪਏ। 70 ਰੁਪਏ ਦਾ? ਅਤੇ ਕੀ ਇਸ 'ਚ ਚੀਜ਼ ਪਾਉਂਦੇ? ਇਹ 'ਚ ਮਸਾਲੇ ਬੜੇ ਮਿਕਸ ਹੋਏ। ਸਾਡਾ ਕਿੱਦਾਂ ਇਹਦਾ? ਅੱਛਾ, ਕੋਰਨ ਦੇ ਸਭ ਦੇ ਮਸਾਲਿਆਂ ਨੂੰ। ਅੰਗੋ ਕਿੱਦਾਂ ਦਾ ਲੱਗਾ? ਨੇਰੇ ਸਵਰਗ, ਨੇਰੇ ਸਵਰਗ, ਵਧੀਆ ਲੱਗਾ। ਖਾਣਾ ਨਹੀਂ ਤੇ ਤੇਰਾ ਵੀ ਨਹੀਂ ਖਾਣਾ ਨਹੀਂ। ਵੱਡੀ ਫੋਟੋ ਗਲਾਸ ਖਾ ਕੇ ਪਤਾ ਲੱਗਾ ਕਿ ਕੀ ਆ। ਜਿੱਦਾਂ ਭਾਈ ਨੇ ਦੱਸਿਆ ਸੀ, ਉਸ ਤੋਂ 100 ਗੁਣਾ ਵਧੀਆ ਚੰਗਾ ਖਾਣ ਨੂੰ। ਮੈਂ ਤੁਹਾਨੂੰ ਪ੍ਰੈਫਰ ਕਰਾਂਗਾ ਜ਼ਰੂਰ। 3 hours later